ਫਾਜ਼ਿਲਕਾ ਦੇ ਵਿੱਚ ਆਰਮੀ ਭਰਤੀ ਨੂੰ ਲੈ ਕੇ ਖਿਡਾਰੀਆਂ ਵੱਲੋਂ ਬੀਜੇਪੀ ਆਗੂ ਸੁਰਜੀਤ ਜੈਨੀ ਨੂੰ ਸੌਂਪਿਆ ਗਿਆ ਮੰਗ ਪੱਤਰ। ਕੀਤੀ ਗਈ ਆਰਮੀ ਭਰਤੀ ਖੋਲਣ ਦੀ ਮੰਗ। ਫਾਜ਼ਿਲਕਾ ਦੇ ਵਿੱਚ ਅੱਜ ਖਿਡਾਰੀਆਂ ਵੱਲੋਂ ਨਵੀਂ ਅਨਾਜ ਮੰਡੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸੁਰਜੀਤ ਕੁਮਾਰ ਜੈਨੀ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਹ ਮੰਗ ਪੱਤਰ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਨਾਮ ਸੌਂਪਿਆ ਗਿਆ ਜਿਸ ਦੇ ਵਿੱਚ ਆਰਮੀ ਦੀ ਭਰਤੀ ਖੋਲਣ ਦੀ ਮੰਗ ਕੀਤੀ ਗਈ ਹੈ। ਚੰਗਲ ਦਿੰਦੇ ਹੋਏ ਖਿਡਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਵੱਖ ਵੱਖ ਪਿੰਡਾਂ ਤੋਂ ਇੱਥੇ ਆਏ ਹਨ ਅਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਰਜੀਤ ਕੁਮਾਰ ਜੈਨੀ ਨੂੰ ਮੰਗ ਪੱਤਰ ਸੌਂਪ ਰਹੇ ਹਨ। ਉਧਰ ਸੁਰਜੀਤ ਕੁਮਾਰ ਜੈਨੀ ਨੇ ਕਿਹਾ ਕਿ ਇਹਨਾਂ ਦਾ ਮੰਗ ਪੱਤਰ ਰਿਸੀਵ ਕਰ ਲਿਆ ਗਿਆ ਅਤੇ ਇਸ ਨੂੰ ਜਲਦੀ ਰਾਜਨਾਥ ਸਿੰਘ ਨੂੰ ਭੇਜਿਆ ਜਾਏਗਾ ਅਤੇ ਉਹ ਪਰਸਨਲੀ ਰਾਜਨਾਥ ਸਿੰਘ ਨੂੰ ਮਿਲ ਕੇ ਇਹਨਾਂ ਦੀ ਮੰਗ ਉਹਨਾਂ ਕੋਲ ਪਹੁੰਚਾਉਣਗੇ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਖਿਡਾਰੀਆਂ ਦੀ ਮੰਗ ਨੂੰ ਪਹਿਲ ਦੇ ਆਧਾਰ ਤੇ ਮੰਨਿਆ ਵੀ ਜਾਏਗਾ। ਕੁਲਦੀਪ ਸਿੰਘ ਜੀ, ਅੱਜ ਕਿਸ ਤਰ੍ਹਾਂ ਦਾ ਮੰਗ ਪੱਤਰ ਤੁਸੀਂ ਦੇ ਰਹੇ ਹੋ? ਅਸੀਂ ਇੱਕ ਅੱਜ ਮੰਗ ਪੱਤਰ ਲੈ ਕੇ ਆਏ ਹਾਂ ਡਿਫੈਂਸ ਮਿਨਿਸਟਰ ਸ਼੍ਰੀ ਰਾਜਨਾਥ ਸਿੰਘ ਜੀ ਦੇ ਨਾਮ ਦਾ ਔਰ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਔਰ ਐਕਸ ਮਿਨਿਸਟਰ ਆਫ ਪੰਜਾਬ ਹੈਲਥ ਮਿਨਿਸਟਰ ਚੌਧਰੀ ਸੁਰਜੀਤ ਕੁਮਾਰ ਜੈਨੀ ਜੀ ਨੂੰ ਅਸੀਂ ਮੰਗ ਪੱਤਰ ਦੇਣ ਆਏ ਹਾਂ ਸ਼੍ਰੀ ਰਾਜਨਾਥ ਸਿੰਘ ਜੀ ਦੇ ਨਾਮ ਦਾ। ਇਹਦੇ ਵਿੱਚ ਅਸੀਂ ਮੰਗ ਪੱਤਰ ਵਿੱਚ ਜਿਹੜੀ ਕਿ ਪਿਛਲੇ ਸਾਲ ਇਸੇ ਸਾਲ ਹੀ ਜਿਹੜੀ ਭਰਤੀ ਹੋਈ ਹੈ 8-9 ਮਹੀਨੇ ਹੋ ਗਏ ਇਗਜ਼ਾਮੀਨੇਸ਼ਨ ਨਹੀਂ ਹੋ ਰਿਹਾ ਆਰਮੀ ਦਾ, ਉਹਦੇ ਸੰਬੰਧੀ ਅਸੀਂ ਇੱਕ ਮੰਗ ਪੱਤਰ ਦੇਣ ਆਇਆ ਕਿ ਉਹ ਇਗਜ਼ਾਮੀਨੇਸ਼ਨ ਜਿਹੜਾ ਆਰਮੀ ਜਿਹੜਾ ਪੈਂਡਿੰਗ ਪੋਸਟਪੋਨ ਕਰੀ ਜਾਂਦੇ ਉਹ ਪੇਪਰ ਲਿੱਤਾ ਜਾਵੇ ਔਰ ਦੂਜੇ ਨੰਬਰ 'ਤੇ ਕਿ ਜਿਹੜੀ ਨਵੀਂ ਭਰਤੀ ਜਿਹੜੀ ਪ੍ਰਕਿਰਿਆ ਪੰਜਾਬ ਦੇ ਵਿੱਚ ਚਾਲੂ ਹੋਈ ਹੋਵੇ ਔਰ ਤੀਸਰੇ ਨੰਬਰ 'ਤੇ ਜਿਹੜੀ ਅਸੀਂ ਜਿਹੜੀ ਡਿਮਾਂਡ ਰੱਖੀ ਹੈ ਵੀ COVID-19 ਕਰਕੇ ਜਿਹੜਾ ਦੀ ਭਰਤੀ ਕੈਂਸਲ ਕੀਤੀ ਗਈ ਸੀ, ਫੋਰਮ ਕੈਂਸਲ ਕੀਤੇ ਗਏ ਸੀਗੇ, ਉਹਨਾਂ ਨੂੰ ਇੱਕ ਭਰਤੀ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਉਹ ਜੋ ਫੋਰਮ ਫਿਲ ਜਿਹੜੇ ਕੀਤੇ ਸੀ ਉਹ ਕੈਂਸਲ ਕੀਤੇ ਗਏ ਸੀ, ਉਹਨਾਂ ਵਿੱਚ ਕਾਫੀ ਹੱਦ ਤੱਕ ਬੱਚਿਆਂ ਨੂੰ ਓਵਰੇਜ ਕਰ ਦਿੱਤਾ ਗਿਆ ਸੀਗਾ ਜੋ COVID-19 ਦੇ ਕਰਕੇ ਜੋ ਭਰਤੀ ਕੈਂਸਲ ਕੀਤੀ ਗਈ ਸੀ। ਅੱਜ ਅਸੀਂ ਪੰਜਾਬ ਦੇ ਜਿਹੜੇ ਵਰਿਸ਼ਠ ਨੇਤਾ ਨੇ ਔਰ ਵਰਿਸ਼ਠ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਚੌਧਰੀ ਸੁਰਜੀਤ ਕੁਮਾਰ ਜੈਨੀ ਜੀ, ਅੱਜ ਅਸੀਂ ਅਲੱਗ ਅਲੱਗ ਯਾਨੀ ਕਿ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਅਸੀਂ ਜਿਹੜੇ ਕਿ ਅਸੀਂ ਯੂਥ ਆਏ ਹਾਂ ਜਿਹੜੀ ਆਪਣੀ ਡਿਮਾਂਡ ਲੈ ਕੇ ਆਏ ਹਾਂ ਜਿਹੜੀ ਅਸੀਂ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਜੀ ਦੇਣ ਲਈ ਮੰਗ ਪੱਤਰ ਇੱਥੇ ਪਹੁੰਚਿਆ ਜੀ। ਤੁਸੀਂ ਮੰਨਦੇ ਹੋ ਮੰਗ ਪੱਤਰ ਤੁਹਾਡਾ ਕਬੂਲ ਕੀਤਾ ਜਾਏਗਾ? ਜੀ, ਇਹ ਸਾਡੀ ਜਿਹੜੀ ਮੰਗ ਹੈ ਜਾਇਜ਼ ਹੈ ਔਰ ਇਸ ਨੂੰ ਕਬੂਲ ਵੀ ਕੀਤਾ ਜਾਏਗਾ ਬਹੁਤ ਜਲਦੀ। ਔਰ ਕੱਲ੍ਹ ਇਸੇ ਅਕੋਰਡਿੰਗ ਅਸੀਂ ਮੰਤਰੀ ਸਾਹਿਬ ਨਾਲ ਮੀਟਿੰਗ ਵੀ ਕੀਤੀ ਸੀ ਔਰ ਮੰਤਰੀ ਸਾਹਿਬ ਜੀ ਨੇ ਕਿਹਾ ਸੀ ਕਿ ਜਿਹੜੀ ਤੁਹਾਡੀ ਆਵਾਜ਼ ਹੈ ਪੂਰੇ ਪੰਜਾਬ ਦੀ ਹੈ, ਪੂਰੀ ਇੰਡੀਆ ਦੀ ਆਵਾਜ਼ ਹੈ। ਉਹਨਾਂ ਨੇ ਕਿਹਾ ਜੀ ਅਸੀਂ ਚੌਧਰੀ ਸੁਰਜੀਤ ਕੁਮਾਰ ਜੈਨੀ ਨੇ ਕਿਹਾ ਸੀ ਅਸੀਂ ਪੂਰੀ ਤੁਹਾਡੀ ਜਿਹੜੀ ਤਹਿ ਦਲ ਨਾਲ ਜਿਹੜੀ ਯੂਥ ਦੀ ਮੰਗ ਹੈ ਸੈਂਟਰ ਦੀਆਂ ਚੱਕਾਂਗੇ। ਦੇਖੋ, ਆਰਮੀ ਭਰਤੀ ਦੇ ਵਾਸਤੇ ਜਿਹੜੀ ਇਹ ਜਵਾਨਾਂ ਨੇ ਆਪਦਾ ਸਾਰਾ ਜਿਹੜਾ ਹੈ ਹਿੰਦੁਸਤਾਨ ਦੇ ਪੰਜਾਬ ਦੇ ਜ਼ਿਆਦਾ ਨੌਜਵਾਨ ਨੇ ਔਰ ਨਸ਼ੇ ਕਰਕੇ ਲੋਕਾਂ ਨੇ ਬਦਨਾਮ ਕਰ ਰੱਖਿਆ। ਵੈਸੇ ਪੰਜਾਬ 'ਚ ਕੋਈ ਉਹ ਗੱਲ ਨਹੀਂ ਹੈ ਨੌਜਵਾਨਾਂ 'ਚ ਖੇਡਣ ਦੀ ਔਰ ਨੌਕਰੀ ਦੇ ਪ੍ਰਤੀ, ਖਾਸ ਕਰਕੇ ਆਰਮੀ ਦੇ ਪ੍ਰਤੀ ਬੜਾ ਉਹਨਾਂ ਦੇ ਦੇਸ਼ ਪ੍ਰੇਮ ਔਰ ਭਰਤੀ ਹੋਣ ਦੀ ਲਗਨ ਹੈ। ਇਸ ਕਰਕੇ ਕੁਛ ਰੁਕਾਵਟਾਂ ਜਿਹੜੀ ਹੈ ਕਰੋਨਾ ਕਰਕੇ ਆਈ ਸੀਗੀ। ਕੁਲਦੀਪ ਜੀ ਵਗੈਰਾ ਡੈਪੂਟੇਸ਼ਨ ਮਿਲਿਆ ਤਾਂ ਮੈਂ ਰਾਜਨਾਥ ਜੀ ਨੂੰ ਜਿਹੜਾ ਇਹਨਾਂ ਦਾ ਹੈ ਪਹਿਲੇ ਤਾਂ ਮੈਂ ਆਪਦਾ ਨੋਟਿੰਗ ਲਾ ਕੇ ਰਜਿਸਟਰੀ ਕਰਦਾ ਅਤੇ ਉਹਦੇ ਬਾਅਦ ਮੈਂ ਦਿੱਲੀ ਜਾਣਾ 7-7-8 ਦਿਨ ਫਿਰ ਮਿਲ ਕੇ ਇਹ ਨੌਜਵਾਨਾਂ ਵਾਸਤੇ ਸਾਡੀ ਡਿਊਟੀ ਵੀ ਹੈ, ਸਾਡਾ ਫਰਜ਼ ਵੀ ਹੈ ਕਿ ਸਾਡੇ ਨੌਜਵਾਨ ਜਿਹੜੇ ਤਕੜੇ ਹੋ ਕੇ ਬਾਰਡਰ 'ਤੇ ਆਪਦੀ ਬੋਡੀ ਸਹੀ ਅਤੇ ਰਕਸ਼ਾ ਦੇਸ਼ ਦੀ ਕਰ ਸਕਣ।